ਅਰਜਨ ਹਰ ਗੋਬਿੰਦ ਨਾਉ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਘਰ ਦੇ ਦੀਵਾਨ ਸਰਦਾਰ ਹਰਭਜਨ ਸਿੰਘ ਜੀ ਆਪ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਸੰਸਾਰ ਦੇ ਭੋਗਦਿਆਂ ਅਕਾਲ ਚਲਾ ਹੁਕਮ ਤੇ ਚੱਲਣ ਦੀ ਮਤ ਬੁੱਧ ਸਮਰੱਥਾ ਬਖਸ਼ਣੀ ਵਿਛੜੀ ਆਤਮਾ ਨੂੰ ਚਰਨਾਂ ਚ ਨਿਵਾਸ ਬਖਸ਼ਣਾ ਸਹੀ ਪਿਆਰੇ ਮਿਲਣੇ ਜਿਨ੍ਹਾਂ ਵਿੜਿਆ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਿਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾਂ ਵਿਆਪੈ ਜਾ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾਂ ਵਿਆਪੈ ਜਾ ਕਉ ਓਟ ਤੁਹਾਰੀ ਰਹਾਉ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰਭਜਨ ਸਿੰਘ ਜੀ IRS ਜਦੋਂ ਇੱਕ ਬੜਾ ਸ਼ਾਨੋ ਸ਼ੌਕਤ ਵਾਲਾ ਉੱਚਾ ਸੁੱਚਾ ਪਿਆਰ ਮੁਹੱਬਤ ਵਾਲਾ ਮਿੱਠਤ ਵਾਲਾ ਨਿਮਰਤਾ ਵਾਲਾ ਇੱਦਾਂ ਦਾ ਜੀਵਨ ਜੀ ਕੇ ਜਦੋਂ ਸਾਨੂੰ ਵਿਛੋੜਾ ਦੇ ਕੇ ਗਏ ਨੇ ਇਸ ਵਜ੍ਹਾ ਦੇ ਨਾਲ ਇਹਨਾਂ ਦੇ ਇਹਨਾਂ ਗੁਣਾਂ ਕਰਕੇ ਜੋ ਸਮਾਜਿਕ ਘਾਟਾ ਪਿਆ ਜੋ ਸਾਨੂੰ ਜੋ ਉਹਨਾਂ ਦਾ ਨਿੱਘ ਲੈਂਦੇ ਸੀ ਆ ਕੇ ਇਹ ਮੈਂ ਗੱਲ ਪਿਛਲੇ 25-30 ਸਾਲਾਂ ਦੇ ਆਪਦੇ ਖੁਦ ਦੇ ਤਜਰਬੇ ਤੋਂ ਕਹਿ ਸਕਦਾ ਜੋ ਉਹਨਾਂ ਤੋਂ ਨਿੱਘ ਮਿਲਿਆ ਜੋ ਉਹਨਾਂ ਤੋਂ ਸੇਧ ਮਿਲੀ ਆ ਬਹੁਤ ਹੀ ਸਮਾਜ ਦੀ ਮਹਾਨ ਸ਼ਖਸੀਅਤ ਸਰਦਾਰ ਹਰਭਜਨ ਸਿੰਘ ਜੀ ਅੱਜ ਆਪਣੇ ਵਿੱਚ ਨਹੀਂ ਰਹੇ ਆਪਾਂ ਸਾਰੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ ਮੇਰਾ ਇਸ ਪਰਿਵਾਰ ਨਾਲ 35 ਸਾਲ ਤੋਂ ਬੜਾ ਨੇੜੇ ਦਾ ਜਿਹੜਾ ਤਾਲੁਕ ਆ ਉਹ ਰਿਹਾ ਸਾਹਿਬ ਭਜਨ ਸਿੰਘ ਹੋਰਾਂ ਨੇ ਅੱਬੂਵਾਲ ਪਿੰਡ ਉਹਨਾਂ ਦਾ ਜਨਮ ਹੋਇਆ ਸੀ ਸਰਦਾਰ ਦੇ ਕੋਲ ਹੈ ਸਾਡੀ ਬਹੁਤ ਹੀ ਸਤਿਕਾਰਯੋਗ ਸਰਦਾਰ ਭਜਨ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਕੱਤਰ ਹੋਏ ਗੁਰੂ ਸਾਹਿਬ ਦਾ ਫਰਮਾਨ ਹੈ ਜੋ ਉਪਜੋ ਸੋ ਪਿੰਸ ਹੈ ਪਰ ਉਹ ਅੱਜ ਦੇ ਕਾਲ ਨਾਨਕ ਹਰ ਗੁਣ ਗਾਏ ਨੇ ਚਾਰ ਸਰਬ ਦਿਨ ਦਾ ਜੋ ਵੀ ਕਵੀ ਇਸ ਬਾਤ ਨੂੰ ਪਿਆਉਂਦਾ ਹੈ
ਉਹਨੇ ਜਾਣਾ ਅਵਸ਼ ਹੈ। ਸਵਾਸਾਂ ਦੀ ਕੁੰਜੀ ਜਿਹੜੀ ਸਰਦਾਰ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਮੇਰੇ ਬਜ਼ੁਰਗੋ ਅਜ਼ੀਜ਼ ਦੋਸਤੋ ਅਤੇ ਮਾਂ ਭੈਣ ਗੁਰੂ ਜੀ ਫਤਿਹ ਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅੱਜ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੀਆਂ ਪਾਰਟੀਆਂ ਦੇ ਜ਼ਿੰਮੇਦਾਰ ਸਾਹਿਬਾਨ ਸਾਡੇ ਬਜ਼ੁਰਗ ਸਾਹਿਬ ਹਰਭਜਨ ਸਿੰਘ ਜੀ IRS ਸਰਦਾਰ ਹਰਭਜਨ ਸਿੰਘ ਜੀ ਅੱਜ ਦੇ ਯੁੱਗ ਦੇ ਹਿਸਾਬ ਨਾਲ ਆਪਣੀ ਸਹੀ ਉਮਰ ਭੋਗ ਕੇ ਆਪਣੇ ਬੱਚਿਆਂ ਨੂੰ ਸੈਟਲਡ ਦੇਖ ਕੇ ਪਰਮਾਤਮਾ ਦਾ ਭਜਨ ਕਰਦੇ ਹੋਏ ਹਰੀ ਦਾ ਭਜਨ ਕਰਦੇ ਹੋਏ ਚੜ੍ਹਦੀ ਕਲਾ 'ਚ ਗਏ ਹੈ। ਕਿਉਂਕਿ ਮੈਂ ਨਵਦੀਪ ਨੂੰ ਬਚਪਨ ਤੋਂ ਜਾਣਦਾ, ਮਾਤਾ ਨਛੱਤਰ ਕੌਰ ਜੀ ਅਤੇ ਸਰਦਾਰ ਹਰਭਜਨ ਸਿੰਘ ਜੀ ਦੇ ਘਰੇ ਉਹਨਾਂ ਦੀਆਂ ਦੁਆਵਾਂ, ਉਹਨਾਂ ਦਾ ਚੜ੍ਹਦੀ ਕਲਾ ਵਾਲਾ ਆਸ਼ੀਰਵਾਦ ਹਮੇਸ਼ਾ ਸਾਡੀ ਝੋਲੀ ਪਿਆ।
Thank you.
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੁੱਲ ਜੀ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ
ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਪ੍ਰਿਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਤੇ ਆਵੇ ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਨਾ ਸੇ ਅੰਮ੍ਰਿਤ ਸਾਜੀ ਕੇ ਇਸ਼ਨਾਨ ਚੰਕੀਆਂ ਝੰਡੇ ਹੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਗਿਆ ਇਹਨਾਂ ਦੇ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦਰੀ ਹੈ ਜਿਹਾ ਚੀਰੀ ਲਿਖਿਆ ਕਰ ਦੇਵੀ ਦੀਵਾਨ ਸਰਦਾਰ ਹਰਭਜਨ ਸਿੰਘ ਜੀ ਆਪ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਸੰਸਾਰ ਦੇ ਭੋਗਦਿਆਂ ਅਕਾਲ ਚਲਾਣ ਨੂੰ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਤੱਕਿਆ ਪਾਵਣ ਅਸਥਾਨਾਂ ਤੇ ਜਾਂਦੇ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਬਾਣੀ ਦੇ ਜਾਪ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣੀ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਚ ਸਰੱਖੀਆਂ ਬਖਸ਼ਣੀਆਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਛਕੇ ਆਪ ਜੀ ਦਾ ਨਾਮ ਜਪੇ ਕਰੋ ਕਿਰਪਾ ਮਿੱਠੀ ਪਿਆਰੀ ਅਸੀਸ ਹੁਕਮ ਬਖਸ਼ੋ ਹੁਕਮ ਤੇ ਚੱਲਣ ਦੀ ਮਤ ਬੁੱਧ ਸਮਰੱਥਾ ਬਖਸ਼ਣੀ ਮਿੱਛੜੀ ਆਤਮਾ ਨੂੰ ਚਰਨਾਂ ਚ ਨਿਵਾਸ ਬਖਸ਼ਣਾ ਸਹੀ ਪਿਆਰੇ ਮਿਲਣੇ ਜਿਨ੍ਹਾਂ ਵਿੜਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈਆ ਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਣਗੇ ਬੋਲੇ ਸੋ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਨਮ ਮਰਨ ਦੁਖ ਜਾਏ ਹੁਵੈ ਸਿਫਤ ਖਸਮ ਦੀ ਨੂਰ ਅਰ ਸੂੰ ਪੁਰ ਸੂੰ ਝੱਟੀ ਐ ਖੁਦ ਡਿੱਟੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਿਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾਂ ਵਿਆਪੈ ਜਾ ਕਉ ਓਟ ਤੁਹਾਰੀ
ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾ ਵਿਆਪੈ ਜਾ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵੀ ਡੂ ਨੋਟ ਨੋ ਵੈਨ ਟੋਲਸ ਦਾ ਬੈਲ ਫੋਰ ਹੋਮ ਇਟ ਟੋਲਸ ਵੀ ਕੈਨ ਨੋਟ ਟੈਲ ਵੈਨ ਡੈਥ ਕਮਸ ਨੋਕਿੰਗ ਐਟ ਦਾ ਡੋਰ ਵੀ ਹੈਵ ਟੂ ਗੋ ਐਂਡ ਕਮ ਨੋ ਗੋ ਇੱਕ ਬੜਾ ਹੀ ਸਖਤ ਸਿਧਾਂਤ ਕੁਦਰਤ ਦਾ ਔਰ ਜਦੋਂ ਇਹ ਸਮਾਂ ਆ ਜਾਂਦਾ ਇਹ ਅੱਤ ਦੁਖਦਾਇਕ ਘੜੀ ਜੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਜੀ IRS ਜਦੋਂ ਇੱਕ ਬੜਾ ਸ਼ਾਨੋ ਸ਼ੌਕਤ ਵਾਲਾ ਉੱਚਾ ਸੁੱਚਾ ਪਿਆਰ ਮੁਹੱਬਤ ਵਾਲਾ ਮਿੱਠਤ ਵਾਲਾ ਨਿਮਰਤਾ ਵਾਲਾ ਇੱਦਾਂ ਦਾ ਜੀਵਨ ਜੀ ਕੇ ਜਦੋਂ ਸਾਨੂੰ ਵਿਛੋੜਾ ਦੇ ਕੇ ਗਏ ਨੇ ਇਸ ਵਜ੍ਹਾ ਦੇ ਨਾਲ ਇਹਨਾਂ ਦੇ ਇਹਨਾਂ ਗੁਣਾਂ ਕਰਕੇ ਜੋ ਸਮਾਜਿਕ ਘਾਟਾ ਪਿਆ ਜੋ ਸਾਨੂੰ ਜੋ ਉਹਨਾਂ ਦਾ ਨਿੱਘ ਲੈਂਦੇ ਸੀ ਆ ਕੇ ਇਹ ਮੈਂ ਗੱਲ ਪਿਛਲੇ 25-30 ਸਾਲਾਂ ਦੇ ਆਪਦੇ ਖੁਦ ਦੇ ਤਜਰਬੇ ਤੋਂ ਕਹਿ ਸਕਦਾ ਜੋ ਉਹਨਾਂ ਤੋਂ ਨਿੱਘ ਮਿਲਿਆ ਜੋ ਉਹਨਾਂ ਤੋਂ ਸੇਧ ਮਿਲੀ ਆ ਹਾਜ਼ਰੀ ਮੌਜੂਦ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕੱਲੇ ਆਵੇ ਨਾਨਕਾ ਸੱਦੇ ਉਤਚਾਏ ਦੇ ਮਹਾਂਵਾਕ ਅਨੁਸਾਰ ਸਾਡੀ ਇੱਕ ਬਹੁਤ ਹੀ ਸਮਾਜ ਦੀ ਮਹਾਨ ਸ਼ਖਸੀਅਤ ਸਰਦਾਰ ਹਰਭਜਨ ਸਿੰਘ ਜੀ ਅੱਜ ਆਪਣੇ ਵਿੱਚ ਨਹੀਂ ਰਹੇ ਆਪਾਂ ਸਾਰੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ ਮੇਰਾ ਇਸ ਪਰਿਵਾਰ ਨਾਲ 35 ਸਾਲ ਤੋਂ ਬੜਾ ਨੇੜੇ ਦਾ ਜਿਹੜਾ ਤਾਲੁਕ ਆ ਉਹ ਰਿਹਾ ਸਾਹ ਹਰਭਜਨ ਸਿੰਘ ਹੋਰਾਂ ਨੇ ਅੱਬੂਵਾਲ ਪਿੰਡ ਉਹਨਾਂ ਦਾ ਜਨਮ ਹੋਇਆ ਸੀ ਸਰਦਾਰ ਦੇ ਕੋਲ ਹੈ ਸਰਦਾਰ ਕਾਲਜ ਤੋਂ ਉਹਨਾਂ ਨੇ BA ਕੀਤੀ ਅੰਬਾਲੇ ਤੋਂ MA ਪੋਲੀਟੀਕਲ ਸਾਇੰਸ ਕੀਤੀ ਅਤੇ ਆਪਣੀ ਜਿਹੜੀ ਜ਼ਿੰਦਗੀ ਦਾ ਨੌਕਰੀ ਦਾ ਸਫ਼ਰ ਸੀ ਉਹ ਇਨਕਮ ਟੈਕਸ ਇੰਸਪੈਕਟਰ ਤੋਂ ਸ਼ੁਰੂ ਹੋ ਕੇ ਅਡੀਸ਼ਨਲ ਕਮਿਸ਼ਨਰ ਇਨਕਮ ਟੈਕਸ ਰਿਟਾਇਰ ਹੋਏ
ਮੇਰਾ ਜੀਤਾ ਕਰਦਾ ਤੁਹਾਡੇ ਸਾਰਿਆਂ ਨਾਲ ਬਹੁਤ ਹੀ ਵਿਸਤਾਰ ਵਿੱਚ ਗੱਲ ਕਰਾਂ, ਲੇਕਿਨ ਅੰਕਲ ਦੀ ਜ਼ਿੰਦਗੀ ਬਾਰੇ ਸਾਰਿਆਂ ਨੂੰ ਪਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਤੇ ਪਾਵਨ ਜਗਾਜਮਾਨ ਗੁਰੂ ਜੀ ਵਾਲੇ ਸਾਧ ਸੰਗਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਸੁਹਾਗਤ ਸਿੰਘ ਜੀ, ਉਹਨਾਂ ਦੀ ਅੰਤਮ ਅਰਦਾਸ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਕੱਤਰ ਹੋਏ। ਗੁਰੂ ਸਾਹਿਬ ਦਾ ਫਰਮਾਨ ਹੈ, ਜੋ ਉਪਜੋ ਸੁਖ ਪਿੰਸ ਹੈ ਪਰ ਵਾਜ ਕੇ ਕਾਲ, ਨਾਨਕ ਹਰ ਗੁਣ ਗਾਏ ਨੇ ਚਾਰ ਸਰਬ ਦਿਨ ਦਾ। ਜੋ ਵੀ ਕਹੀ ਇਸ ਬਾਤ ਨੂੰ ਭਿਉਂਦਾ ਹੈ ਉਹਨੇ ਜਾਣਾ ਅਵਸ਼ ਹੈ। ਸਵਾਸਾਂ ਦੀ ਕੁੰਜੀ ਜਿਹੜੀ ਸਰਦਾਰ ਸਾਹਿਬ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ, ਉਹਦਾ ਬਹੁਤ ਹੀ ਚੰਗਾ ਉਪਯੋਗ ਕਰਕੇ ਗਏ ਆ। ਉਹਨਾਂ ਦੀ ਸ਼ਖਸੀਅਤ ਬਾਰੇ ਮੇਰੇ ਤੋਂ ਪਹਿਲਾਂ ਸਾਰੇ ਬੁਲਾਰਿਆਂ ਨੇ ਦੱਸਿਆ। ਮੈਂ ਵੀ ਇਸ ਪਰਿਵਾਰ ਦੇ ਬਹੁਤ ਨਜ਼ਦੀਕ ਰਿਹਾ, ਖਾਸ ਤੌਰ 'ਤੇ ਸਰਦਾਰ ਸਾਹਿਬ ਦੇ। 1981 ਦੇ ਵਿੱਚ ਮੈਨੂੰ ਇੱਥੇ ਬਤੌਰ ਤਹਿਸੀਲਦਾਰ, ਉਸ ਤੋਂ ਬਾਅਦ 1988 ਵਿੱਚ ਬਤੌਰ SDM ਜਾਂ PCS ਦੇ ਤੌਰ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਤਕਰੀਬਨ 2011 ਤੱਕ ਮੈਂ ਇੱਥੇ ਹੀ ਰਿਹਾ, ਲੁਧਿਆਣੇ ਵਿੱਚ ਹੀ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਅਤੇ ਪਵਿੱਤਰ ਸਮੇਂ ਦੇ ਵਿੱਚ ਮੇਰੇ ਬਜ਼ੁਰਗੋ, ਅਜ਼ੀਜ਼ ਦੋਸਤੋ ਅਤੇ ਮਾਂ ਭੈਣ ਜੀ ਕੀ ਫਤਿਹ ਬੁਲਾਓ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਅੱਜ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਪਾਰਟੀਆਂ ਦੇ ਜ਼ਿੰਮੇਦਾਰ ਸਾਹਿਬਾਨ, ਸਾਡੇ ਬਜ਼ੁਰਗ ਸਾਹਿਬ ਹਰਭਜਨ ਸਿੰਘ ਜੀ IRS, ਜੋ ਇਸ ਦੁਨੀਆਂ 'ਚੋਂ ਪਰਦਾ ਫਰਮਾ ਰਿਹਾ ਹੈ। ਕੁਰਾਨ ਸ਼ਰੀਫ ਦੇ ਵਿੱਚ ਵੀ ਕੁੱਲੂ ਨਫਸੀ ਜ਼ਾਇਕਤੁਲ ਮੌਤ, ਹਰ ਜਾਨਦਾਰ ਚੀਜ਼ ਨੇ ਮੌਤ ਦਾ ਮਜ਼ਾ ਚੱਖਣਾ, ਲੇਕਿਨ ਇਹ ਜ਼ਿੰਦਗੀ ਦਾ ਸਫ਼ਰ, ਕੋਈ ਸ਼ਾਇਰ ਨੇ ਕਿਹਾ, ਮੌਤ ਕਿਆ ਹੈ ਜ਼ਮਾਨੇ ਕੋ ਸਮਝਾਉਂ ਕਿਆ, ਮੌਤ ਕਿਆ ਹੈ ਜ਼ਮਾਨੇ ਕੋ ਸਮਝਾਉਂ ਕਿਆ, ਇੱਕ ਮੁਸਾਫਿਰ ਦਾ ਰਾਸਤੇ ਮੈਂ ਨਹੀਂ ਲਾ ਰਹੀ। ਇਹ ਜ਼ਿੰਦਗੀ ਦਾ ਸਫ਼ਰ ਤੈਅ ਕਰਨ ਵਾਸਤੇ ਉਸ ਪਰਪਰਦਿਗਾਰ ਨੇ ਇਸ ਖੂਬਸੂਰਤ ਜਹਾਨ ਦੇ ਵਿੱਚ ਆਪਾਂ ਨੂੰ ਭੇਜਿਆ ਹੈ। ਔਰ ਅੱਜ ਜੋ ਸਾਡੇ ਸਾਹਮਣੇ ਐਸੀ ਸ਼ਖਸੀਅਤ ਇਸ ਦੁਨੀਆਂ 'ਚੋਂ ਪਰਦਾ ਫਰਮਾ ਗਈ, ਸੰਗਤ ਜੀ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹਰਭਜਨ ਸਿੰਘ ਜੀ ਅੱਜ ਦੇ ਯੁੱਗ ਦੇ ਹਿਸਾਬ ਨਾਲ ਆਪਣੀ ਸਹੀ ਉਮਰ ਭੋਗ ਕੇ ਆਪਣੇ ਬੱਚਿਆਂ ਨੂੰ ਸੈਟਲਡ ਦੇਖ ਕੇ ਪਰਮਾਤਮਾ ਦਾ ਭਜਨ ਕਰਦੇ ਹੋਏ, ਹਰੀ ਦਾ ਭਜਨ ਕਰਦੇ ਹੋਏ ਚੜ੍ਹਦੀ ਕਲਾ 'ਚ ਗਏ ਹੈ। ਕਿਉਂਕਿ ਮੈਂ ਨਵਦੀਪ ਨੂੰ ਬਚਪਨ ਤੋਂ ਜਾਣਦਾ, ਮਾਤਾ ਨਛੱਤਰ ਕੌਰ ਜੀ ਅਤੇ ਸਰਦਾਰ ਹਰਭਜਨ ਸਿੰਘ ਜੀ ਦੇ ਘਰੇ ਉਹਨਾਂ ਦੀਆਂ ਦੁਆਵਾਂ, ਉਹਨਾਂ ਦਾ ਚੜ੍ਹਦੀ ਕਲਾ ਵਾਲਾ ਆਸ਼ੀਰਵਾਦ ਹਮੇਸ਼ਾ ਸਾਡੀ ਝੋਲੀ ਪਿਆ। ਉਸ ਕਰਕੇ ਮਹਿਸੂਸ ਕੀਤਾ ਆ ਕਿ ਜਿੰਨੀਆਂ ਦੁਆਵਾਂ ਜਦੋਂ ਵੀ ਕਦੀ
ਸਰਦਾਰ ਹਰਭਜਨ ਸਿੰਘ ਜੀ ਦੇ ਪੈਰੀ ਹੱਥ ਲਾਓ ਜਾਂ ਮਾਤਾ ਨਛੱਤਰ ਕੌਰ ਜੀ ਦੇ ਪੈਰੀ ਹੱਥ ਲਾਓ, ਉਹ ਕਦੀ ਵੀ ਕੋਈ ਤੁਹਾਨੂੰ ਉਹਨਾਂ ਦੇ ਚਿਹਰੇ ਦੇ ਨੂਰ ਅਤੇ ਮੂੰਹ 'ਚੋਂ ਨਿਕਲਿਆ ਹੋਇਆ ਇੱਕ ਇੱਕ ਲਫ਼ਜ਼ ਇੱਕ ਇੱਕ ਦੁਆ ਉਹ ਤੁਹਾਨੂੰ ਲੱਗਦਾ ਹੈ ਕਿ ਕੋਈ ਦੈਵੀ ਸ਼ਕਤੀ ਕੋਈ ਐਸੀ ਉਹਨਾਂ ਉੱਤੇ ਬਰਕਤ ਹੈ ਪਰਮਾਤਮਾ ਦੀ ਕਿ ਚਾਹੇ ਪਰਿਵਾਰ ਦਾ ਕਈ ਵਾਰੀ ਮਾੜਾ ਟਾਈਮ ਵੀ ਆਇਆ ਪਰ ਮੈਂ ਮਾਤਾ ਜੀ ਦਾ ਕਦੀ ਹੌਸਲਾ ਟੁੱਟਿਆ ਨਹੀਂ ਦੇਖਿਆ।